ਇਸ ਨਸ਼ਾ ਖਤਮ ਕਰਨ ਦੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਮਾਣਾ ਚ ਜਿਹੜੇ ਟਰੱਕ ਦੇ ਡਰਾਈਵਰ ਹੈ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ SP ਆਪਰੇਸ਼ਨ STF ਕੰਮ ਉਹ ਆਏ ਇੱਥੇ ਗੱਲਬਾਤ ਕਰਦੇ ਹਾਂ। ਨਸ਼ਿਆਂ ਦਾ ਹੈਗਾ ਇਸ ਨੂੰ ਜੜੋਂ ਪਟਣ ਦਾ ਤਹੱਈਆ ਕੀਤਾ ਹੈ। ਉਸ ਲਈ ਜਿਹੜਾ ਹੈਗਾ ਨਸ਼ਾ ਖਤਮ ਕਰਨਾ ਇਹਦੀ ਤਿੰਨ ਆਪਾਂ ਪੜਾਅ ਕਹਿ ਸਕਦੇ ਹੈਗੇ। ਸਭ ਤੋਂ ਪਹਿਲਾਂ ਸਪਲਾਈ ਚੇਨ ਨੂੰ ਕੱਟ ਕਰਨਾ, ਦੂਜਾ ਜਿਹੜਾ ਨਸ਼ਾ ਕਰਦਾ ਉਹਦੀ ਸੰਭਾਲ ਕਰਨਾ, ਅਤੇ ਤੀਜਾ ਨਵੇਂ ਬੱਚਿਆਂ ਨੂੰ ਜਾਗਰੂਕ ਕਰਨਾ ਕਿ ਉਹ ਮਾੜੀ ਦਲਦਲ ਵਿੱਚ ਨਾ ਜਾਣ। ਅਤੇ ਇਸ ਪ੍ਰਤੀ ਜਿਹੜਾ ਪੁਲਿਸ ਦਾ ਫਸਟ ਸਪਲਾਈ ਚੇਨ ਕੱਟ ਕਰਨ ਦਾ ਸਾਡੀ ਪ੍ਰਤੀਬੱਧਤਾ ਹੈ ਹੀ ਹੈ। ਇਸ ਤੋਂ ਇਲਾਵਾ ਜਿਹੜੇ ਅਸੀਂ ਪੀੜਿਤ ਬੱਚੇ ਉਹਨਾਂ ਦੀ ਪਹਿਚਾਣ ਕਰਕੇ ਵੀ ਸਮਾਜ ਦੀਆਂ ਜਿਹੜੀਆਂ ਅਲੱਗ ਅਲੱਗ ਸੰਸਥਾਵਾਂ ਪੰਚਾਇਤਾਂ ਨੂੰ ਨਾਲ ਲੈ ਕੇ ਉਹਨਾਂ ਦਾ ਇਲਾਜ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਵਿਚਾਰ ਸ਼ਿਕਾਇਤ ਜ਼ਰੂਰ ਕਰਨੀ ਚਾਹੀਦੀ ਹੈ। ਬੰਦਾ ਜਿਹੜਾ ਨਸ਼ਾ ਵੇਚ ਦੇਣਾ ਤਾਂ ਹੀ ਬਚਾ ਸਕਦਾ ਹੈ, ਜੇ ਆਪਾਂ ਇਹਦੀ ਸ਼ਿਕਾਇਤ ਕਰਾਂਗੇ ਤਾਂ ਜਿਹੜੇ ਬੱਚੇ ਛੋਟੇ ਛੋਟੇ ਆਪਣੇ ਮਤਲਬ ਜ਼ਿੰਦਗੀਆਂ ਖਰਾਬ ਕਰ ਰਹੇ ਨੇ, ਬਹੁਤ ਮਾੜੀ ਗੱਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਵਧੀਆ ਤਰੀਕਾ ਹੈ ਜੇ ਪਿੰਡਾਂ ਦੇ ਵਿੱਚ ਇੱਕ ਕਮੇਟੀਆਂ ਬਣਾਈਆਂ ਜਾਣ ਔਰ ਉਹਨਾਂ ਨੂੰ ਪਾਵਰ ਦਿੱਤੀ ਜਾਏ ਔਰ ਉਹ ਕਮੇਟੀਆਂ ਨੂੰ ਪੂਰੇ ਅਧਿਕਾਰ ਦਿੱਤੇ ਜਾਣ ਕਿ ਉਹ ਪਿੰਡ ਦੀ ਜਿਹੜੀ ਪੂਰੀ ਮਤਲਬ ਕਿ ਸਮੀਖਿਆ ਕਰਕੇ ਕਿਹੜੇ ਕਿਹੜੇ ਬੰਦੇ ਨਸ਼ਾ ਖਾਂਦੇ ਨੇ, ਕਿਹੜੇ ਵੇਚਦੇ ਨੇ। ਅਕਸਰ ਹੁੰਦਾ ਕੀ ਹੈ ਵੀ ਜਿਹੜੇ ਲੋਕ ਨਸ਼ਾ ਖਾਂਦੇ ਨੇ ਪੁਲਿਸ ਦਾ ਜਾਂ ਉੱਤੋਂ ਆਰਡਰ ਆਉਂਦਾ ਉਹ ਉਹਨਾਂ ਨੂੰ ਫੜ ਕੇ ਬੰਦ ਕਰ ਦਿੰਦੇ ਨੇ। ਜਿਨ੍ਹਾਂ ਦੇ ਨਾਲ ਜਿਹੜੇ ਵੱਡੇ ਸੌਦਾਗਰ ਨੇ ਉਹ ਨਸ਼ਾ ਨਹੀਂ ਬੰਦ ਕਰਦੇ। ਇਵਨ ਕਿ ਜਿਨ੍ਹਾਂ ਦੇ ਵੱਡੇ ਲੀਡਰਾਂ ਨਾਲ ਲਿੰਕ ਨੇ ਜਾਂ ਵੱਡੇ ਆਫਿਸਰਾਂ ਨਾਲ ਲਿੰਕ ਨੇ ਉਹਨਾਂ ਦੀ ਪਹੁੰਚ ਤੱਕ ਸਾਡੀ ਵੀ ਜ਼ਰੂਰਤ ਨਹੀਂ, ਕਿਸੇ ਦੀ ਵੀ ਜ਼ਰੂਰਤ ਨਹੀਂ। ਮੇਰੀ ਪਿਛਲੀ ਵਾਰੀ ਕਿਸੇ ਇੱਕ ਪੁਲਿਸ ਵਾਲੇ ਨਾਲ ਗੱਲ ਵੀ ਹੋਈ ਸੀ, ਜਿਹੜਾ ਨਸ਼ਾ ਹੈ ਇਹ ਇਕੱਲਾ ਦੂਜੇ ਲੋਕ ਨਹੀਂ ਵੇਚਦੇ, ਇਹਦੇ ਵਿੱਚ ਕੁਛ ਸਾਡੇ ਮੁਲਾਜ਼ਮ ਇੰਪਲਾਈ ਜਿਹੜੇ ਨੇ ਉਹ ਵੀ ਇਹਦੇ 'ਚ ਇਨਵੋਲਵ ਨੇ। ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਵਿੱਚ ਵੀ ਤਬਾਦਲੇ ਨੀਤੀ ਅਪਣਾਈ ਗਈ ਹੈ। 10,000 ਤੋਂ ਵੱਧ ਮੁਲਾਜ਼ਮਾਂ ਨੂੰ ਉੱਥੋਂ ਟ੍ਰਾਂਸਫਰ ਵੀ ਕੀਤਾ ਗਿਆ ਤਾਂ ਕਿ ਜਿਹੜੀ ਮਹਿਕਮੇ ਦੇ ਵਿੱਚ ਕੁਛ ਲੋਕ ਸ਼ਾਮਿਲ ਹੁੰਦੇ ਆ ਉਹ ਸ਼ਾਮਿਲ ਨਾ ਹੋ ਸਕੇ, ਉਹਨਾਂ ਦੀ ਟ੍ਰਾਂਸਫਰ ਇਸੇ ਕਰੇ ਕੀਤੀ ਗਈ ਹੈ। ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਪੁਲਿਸ ਕਿਸ ਤਰ੍ਹਾਂ ਇਸ ਨਸ਼ੇ ਨੂੰ ਰੋਕਣ ਦੇ ਵਿੱਚ ਕਾਮਯਾਬ ਹੁੰਦੀ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।